ਸਾਰਾਗੜੀ ਦੇ ਇਤਿਹਾਸਿਕ ਯੁੱਧ ਵਿੱਚ ਬਹਾਦਰੀ ਅਤੇ ਜਜ਼ਬੇ ਦੇ ਨਾਲ ਲੜੇ 21 ਸਿੱਖ ਜਵਾਨ ਇਤਿਹਾਸ ਵਿੱਚ ਅਮਰ ਹੋ ਗਏ ਨੇ ਫਿਰੋਜ਼ਪੁਰ ਵਿਖੇ 8 ਏਕੜ ਵਿੱਚ ਫੈਲਿਆ 118 ਸਾਲ ਪੁਰਾਣਾ ਸਾਰਾਗੜੀ ਯਾਦਗਾਰੀ ਗੁਰਦੁਆਰਾ ਮੌਜੂਦਾ ਪਾਕਿਸਤਾਨ ਦੇ ਖੈਬਰ ਪਖਤੂਨ ਖਵਾ ਸੂਬੇ ਵਿੱਚ ਬਹੁਤ ਬਹਾਦਰੀ ਦੀ ਇੱਕ ਮਸ਼ਹੂਰ ਦਾਸਤਾਨ ਦੀ ਬਾਤ ਪਾਉਂਦਾ ਹੈ ਸਾਰਾਗੜੀ ਦੀ ਇਤਿਹਾਸਿਕ ਲੜਾਈ 'ਚ 36 ਸਿੱਖ ਰੈਜiment ਦੇ 21 ਸਿਪਾਹੀਆਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ 1897 ਵਿੱਚ 10000 ਪਠਾਨ ਕਬੀਲ ਨਾਲ ਲੋਹਾਲੇ ਆਸੀ ਅਜੇ ਤੱਕ ਫੌਜੀ ਇਤਿਹਾਸਕਾਰ ਅਤੇ ਅਕਾਦਮਿਕ ਇਸ ਲੜਾਈ ਦਾ ਅਧਿਐਨ ਕਰਦੇ ਨੇ ਯੂਨੈਸਕੋ ਦੇ ਅੱਠ ਮਹਾਨ ਯੁੱਧਾਂ ਵਿੱਚੋਂ ਇੱਕ ਹੈ ਅਸਲ ਸਾਰਾਗੜੀ ਤੋਂ ਹਜ਼ਾਰਾਂ ਮੀਲ ਦੀ ਦੂਰੀ ਤੇ ਸਥਿਤ ਇਹ ਯਾਦਗਾਰ ਹਰ ਸਾਲ ਸਲਾਨੀਆਂ ਨੂੰ ਖਿੱਚਦੀ ਰਹਿੰਦੀ ਹੈ ਉਹ ਬਹਾਦਰ ਸਿੱਖ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਆਉਂਦੇ ਨੇ ਯਾਦਗਾਰ ਗੁਰਦੁਆਰਾ 1904 ਵਿੱਚ ਬਣਾਇਆ ਗਿਆ ਸੀ ਸਾਰਾ ਗੜੀ ਯੁੱਧ ਦੇ ਇਤਿਹਾਸ ਵਿੱਚ ਇੱਕੋ ਇੱਕ ਅਜਿਹਾ ਕੇਸ ਹੈ ਜਿੱਥੇ 21 ਸਪਾਹੀਆਂ ਨੂੰ ਮਰਨ ਉਪਰੰਤ ਇੰਡੀਅਨ ਆਰਡਰ ਆਫ ਮੈਰਿਟ ਦੇ ਨਾਲ ਨਿਵਾਜਿਆ ਗਿਆ ਸੀ ਜੋ ਕਿ ਉਸ ਸਮੇਂ ਭਾਰਤੀ ਸੈਨਕਾਲੀ ਸਭ ਤੋਂ ਉੱਚਾ ਬ੍ਰਿਟਿਸ਼ ਫੌਜੀ ਪੁਰਸਕਾਰ ਸੀ ਜੋ ਅੱਜ ਦੇ ਪਰਮਵੀਰ ਚੱਕਰ ਦੇ ਬਰਾਬਰ ਹੈ ਹਾਲਾਂਕਿ ਲੜਾਈ ਦੀ 125ਵੀਂ ਬਰੇਗਾਂਡ ਦੇ ਨੇੜੇ ਮੁੱਖ ਯਾਦਗਾਰ ਤੇ ਬਹੁਤ ਕੁਝ ਨਹੀਂ ਹੋਇਆ ਸਿਰਫ ਰਵਾਇਤੀ ਜਸ਼ਨਾਂ ਦੀ ਯੋਜਨਾ ਬਣਾਈ ਗਈ ਹੈ ਪਿਛਲੇ 5 ਸਾਲਾਂ ਤੋਂ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਇਸ ਸਮਾਗਮ ਸੁੱਬਾ ਪਦਰਤੇ ਹੁੰਦਾ ਸੀ ਇਸ ਇਤਿਹਾਸਿਕ ਸਾਲ ਸ਼ਨੀਵਾਰ 8 ਸਤੰਬਰ ਤੱਕ ਕੋਈ ਸਪਸ਼ਟਤਾ ਨਹੀਂ ਸੀ ਕਿ ਇਹ ਸਮਾਗਮ ਸੁਪਾ ਪਦਰੀ ਹੋਵੇਗਾ ਜਾਂ ਫਿਰ ਜ਼ਿਲ੍ਹਾ ਪਦਰੀ ਗੁਰਦੁਆਰੇ ਦੇ ਹੈੱਡ ਗ੍ਰੰਥੀ ਬਲੰਬਰ ਸਿੰਘ ਨੇ ਕਿਹਾ ਕਿ ਅਸੀਂ 10 ਸਤੰਬਰ ਨੂੰ ਅਖੰਡ ਪਾਠ ਆਰੰਭ ਕਰਾਂਗੇ ਅਤੇ 12 ਸਤੰਬਰ ਦੇ ਮੁੱਖ ਸਮਾਗਮ ਨੂੰ 7ਵੀਂ ਇਨਫੈਂਟਰੀ ਡਿਵੀਜ਼ਨ ਨੂੰ ਛੱਡਾਂਗੇ ਜੋ ਕਿ ਯਾਦਗਾਰ ਦਾ ਪ੍ਰਬੰਧ ਕਰਦੀ ਹੈ ਗੁਰਦੁਆਰੇ ਦੇ ਹੈੱਡ ਗ੍ਰੰਥੀ ਨੇ ਅੱਗੇ ਕਿਹਾ ਅਸੀਂ ਉਨ੍ਹਾਂ ਦੇ ਵੰਸ਼ਜਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਬਹਾਦਰ ਸਿਪਾਹੀ ਉਹਨਾਂ ਵਿੱਚੋਂ ਇੱਕ ਜੋੜਾ ਚੋੜੜਾ ਲੁਧਿਆਣਾ ਅਤੇ ਚਾਰ ਇੱਕ ਮੋਗਾ ਵਿੱਚ ਰਹਿੰਦਾ ਹੈ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਪਠਾਨ ਖੇਤਰਾਂ ਵਿੱਚ ਗੜਬੜ ਨੂੰ ਰੋਕਣ ਲਈ ਉਸ ਵੇਲੇ ਬ੍ਰਿਟਿਸ਼ ਭਾਰਤੀ ਫੌਜ ਦੇ ਜਰਨਲ ਲੋਕਹੌਟ ਨੇ ਚਾਰ ਟੁਕੜੀਆਂ ਭੇਜੀਆਂ ਸਨ ਜਿਨ੍ਹਾਂ ਵਿੱਚੋਂ 21 ਸਿੱਖ ਸਿਪਾਹੀਆਂ ਦੇ 36ਵੇਂ ਸਿੱਖ ਰੈਜਿਮੈਂਟ ਅਤੇ ਇੱਕ ਰਸੋਈਏ ਨੂੰ ਕਿਲੇ ਲੋਕਹੌੜ ਅਤੇ ਕਿਲਿਆਂ ਵਿਚਕਾਰ ਸੰਚਾਰ ਲਈ ਸਾਰਾਗੜੀ ਨਿਗਰਾਨੀ ਚੌਕੀ ਦੀ ਰੱਖਿਆ ਦਾ ਕੰਮ ਸੌਪਿਆ ਸੀ 12 ਸਤੰਬਰ 1897 ਦੀ ਸਵੇਰ ਨੂੰ ਅਫਰੀਦੀ ਅਤੇ ਔਰਕਜ਼ਈ ਕਬੀਲਿਆਂ ਦੇ ਪਠਾਣਾ ਨੇ ਸਾਰਾਗੜੀ ਤੇ ਹਮਲਾ ਕਰ ਦਿੱਤਾ ਸੀ ਹੌਲਦਾਰ ਇਸ਼ਰ ਸਿੰਘ ਦੁਆਰਾ ਆਤਮ ਸਮਰਪਰ ਕਰਨ ਦੀਆਂ ਉਹਨਾਂ ਦੀਆਂ ਮੰਗਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਦੁਸ਼ਮਣ ਤੇ ਅਜੀਹਾ ਹਮਲਾ ਕੀਤਾ ਗਿਆ ਕਿ ਉਹਨਾਂ ਦੀ ਜਿਹੜਾ ਹਿਲਾ ਦਿੱਤੀਆਂ ਉਹਨਾਂ ਸਿੱਖਾਂ ਵਿੱਚੋਂ ਹਰ ਇੱਕ ਨੇ ਸੈਂਕੜੇ ਰਾਉਂਡ ਫਾਇਰ ਕੀਤੇ ਜਦੋਂ ਕਿ ਕਬਾਈਲੀ ਕੇਰਬੰਦੀ ਨੇ ਕੇਰਬੰਦੀ ਕੀਤੀ ਫੌਜਾਂ ਤੱਕ ਪਹੁੰਚਣ ਤੋਂ ਕਿਸੇ ਵੀ ਮਦਦ ਨੂੰ ਰੋਕਿਆ ਸੀ ਸਿਪਾਹੀ ਗੁਰਮੁਖ ਸਿੰਘ ਨੇ ਕਰਨਲ ਹਾਟਨ ਨੂੰ ਆਖਰੀ ਸੰਕੇਤ ਭੇਜਿਆ ਕਿ ਉਸਨੇ ਬੰਦੂਕ ਚੁੱਕ ਲਈ ਹੈ ਕਿਉਂਕਿ ਸਾਰੇ ਸਿਪਾਹੀ ਮਰ ਚੁੱਕੇ ਸਨ ਯੂਕੇ ਦੀ ਫੌਜ ਵਿੱਚ ਭਾਰਤ ਦੀ ਸੇਵਾ ਦੇ ਵੈਟਰਨਰਸ ਨੇ 1997 ਤੱਕ 12 ਸਤੰਬਰ ਦਾ ਬੈਟਲ ਆਨਰਸ ਦਿਵਸ ਮਨਾਇਆ ਸੀ ਇਹ ਅਮੀਰ ਵਿਰਾਸਤ ਹੈ ਪਰ ਤਰਾਸਦੀ ਹੈ ਇਹ ਇੱਕ ਦਿਨ ਦੇ ਸਮਾਗਮ ਤੱਕ ਮਹਦੂਦ ਹੋ ਕੇ ਰਹਿ ਗਿਆ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ